ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਾਣਯੋਗ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਸ਼ਾਹਕੋਟ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ। ਇਸੇ ਤਹਿਤ ਆਮ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਦੇ ਲਈ ਡਾਕਟਰ ਚਾਰੂਮਿਤਾ SDM ਕਮ ਸਹਾਇਕ ਚੋਣ ਰਿਟਰਨਿੰਗ ਅਫਸਰ ਸ਼ਾਹਕੋਟ ਵੱਲੋਂ ਦਰਬਾਰ ਬਾਬਾ ਤੜਾਗੀ ਸ਼ਾਹ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਪਰਮਿੰਦਰ ਸਿੰਘ SP ਜਲੰਧਰ, ਲਖਵੀਰ ਸਿੰਘ DSP ਸ਼ਾਹਕੋਟ, ਇੰਸਪੈਕਟਰ ਪਵਿੱਤਰ ਸਿੰਘ SHO ਸ਼ਾਹਕੋਟ ਵੀ ਮੌਜੂਦ ਰਹੇ। ਇਸ ਮੌਕੇ SDM ਚਾਰੂਮਿਤਾ ਨੇ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਦਿਆਂ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਸਮੂਹ ਵੋਟਰ ਬਿਨਾਂ ਕਿਸੇ ਡਰ ਲਾਲਚ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ, ਹੋਰਨਾਂ ਨੂੰ ਵੀ ਵੋਟ ਪਾਉਣ ਪ੍ਰਤੀ ਉਹਨਾਂ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਵੋਟ ਖਰੀਦਣ ਦੀ ਕੋਸ਼ਿਸ਼ ਕਰਦਾ ਜਾਂ ਵੋਟ ਬਦਲੇ ਪੈਸੇ ਜਾਂ ਨਸ਼ਾ ਵੰਡਦਾ ਤਾਂ ਉਸ ਸੰਬੰਧੀ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੋਟ ਪਾਉਣਾ ਸਾਡਾ ਸਭ ਦਾ ਮੌਲਿਕ ਅਧਿਕਾਰ ਹੈ, ਤਾਂ ਹੀ ਅਸੀਂ ਆਪਣੇ ਚੰਗੇ ਸੂਝਵਾਨ ਉਮੀਦਵਾਰ ਨੂੰ ਅੱਗੇ ਲਿਆ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਾਂ। ਲੋਕ ਸਭਾ ਚੋਣਾਂ 2019 ਵਿੱਚ ਵਲਨਰੇਬਿਲਟੀ ਅਨੈਲਿਸਿਸ ਹੋਇਆ ਸੀ, ਜਿਸ ਵਿੱਚ ਕਿ ਮੁਹੱਲਾ ਬਾਗਵਾਲਾ ਦੀਆਂ ਕੁਛ ਵੋਟਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਐਕਸਪੈਂਡੀਚਰ ਸੈਂਸਿਟਿਵ ਜਿਹੜਾ ਹੈ ਡਿਕਲੇਅਰ ਕੀਤਾ ਗਿਆ ਸੀ। ਇਸ ਕਰਕੇ ਇਹ ਜੁਆਇੰਟ ਮੀਟਿੰਗ DSP ਸ਼ਾਹਕੋਟ ਅਤੇ ਮੇਰੇ ਵੱਲੋਂ ਜਿਹੜਾ ਹੈ ਉਹ ਨਿਵਾਸੀਆਂ ਨਾਲ ਕੀਤੀ ਗਈ। ਇਹਦੇ ਵਿੱਚ ਵੋਟਰਾਂ ਨੂੰ ਜਿਹੜਾ ਹੈਗਾ ਉਹ ਬਿਨਾਂ ਕਿਸੇ ਭੇਦਭਾਵ, ਬਿਨਾਂ ਕਿਸੇ ਡਰ, ਬਿਨਾਂ ਕਿਸੇ ਦਬਾਅ ਅਤੇ ਬਿਨਾਂ ਕਿਸੇ ਲਾਲਚ ਤੋਂ ਵੋਟ ਪਾਉਣ ਲਈ ਜਿਹੜਾ ਹੈ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਨਾਲ ਜਿਹੜੀ ਹੈ ਗੱਲਬਾਤ ਕੀਤੀ ਗਈ ਅਤੇ ਉਹਨਾਂ ਵੱਲੋਂ ਇਸ ਗੱਲਬਾਤ ਵਿੱਚ ਕਾਫੀ ਉਤਸ਼ਾਹ ਦਿਖਾਇਆ ਗਿਆ। ਲੋਕ ਕਾਫੀ ਜਾਗਰੂਕ ਨੇ ਅਤੇ ਆਪਣੇ ਹੱਕਾਂ ਪ੍ਰਤੀ ਜਿਹੜਾ ਹੈ ਉਹ ਬਹੁਤ ਜ਼ਿਆਦਾ ਜਿਹੜਾ ਹੈਗਾ ਹੈ ਜਾਗਰੂਕ ਨੇ ਲੋਕ, ਅਤੇ ਵੋਟ ਜਿਹੜੀ ਹੈਗੀ ਉਹਨਾਂ ਨੇ ਵਾਅਦਾ ਕੀਤਾ ਸਾਡੇ ਨਾਲ ਕਿ ਉਹ ਬਿਨਾਂ ਕਿਸੇ ਭੇਦਭਾਵ ਦੇ ਲਾਲਚ ਤੋਂ ਜਿਹੜਾ ਹੈ ਉਹ ਵੋਟ ਪਾਉਣਗੇ। ਸ਼ਾਹਕੋਟ ਤੋਂ C1 ਨਿਊਜ਼ ਲਈ ਆਜ਼ਾਦ ਸਚਦੇਵਾ ਦੀ ਰਿਪੋਰਟ।